ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਭਗਵੰਤ ਮਾਨ ਦਾ ਆਪ ਪੰਜਾਬ ਦੇ ਸੀਐਮ ਚਿਹਰੇ ਨੂੰ ਲੈ ਕੇ ਵੱਡਾ ਬਿਆਨ ਤੁਹਾਡੇ ਨਾਲ ਪੂਰੀ ਡਿਟੇਲ ਸਾਂਝੀ ਕਰਾਂਗੇ ਸੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਇਸ ਵੇਲੇ ਦੀ ਵੱਡੀ ਖਬਰ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਚੇਰਨ ਨੂੰ ਲੈ ਕੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਪਾਰਟੀ ਸੁਪਰ ਬਹੁਤ ਸਾਰੀਆਂ ਡਿਸ ਸੀਰੀਅਸ ਡਿਸਕਸ ਕਰ ਰਹੀ ਆ ਉਹਨਾਂ ਨੇ ਕਿਹਾ ਜੀ ਵੋਟਾਂ ਦੇ ਟਾਈਮ ਦੇ ਵਿੱਚ 14 ਫਰਵਰੀ ਨੂੰ ਹਨ ਤੇ 15 ਜਨਵਰੀ ਨੂੰ ਰੈਲੀਆਂ ਖੁੱਲ ਜਾਣਗੀਆਂ ਅਸੀਂ ਪ੍ਰਚਾਰ ਕਿਸੇ ਹੋਰ ਐਂਗਲ ਤੋਂ ਸ਼ੁਰੂ ਕਰੀਏ ਸੋ ਇਸ ਕਰਕੇ ਤੁਸੀਂ ਫਿਕਰ ਨਾ ਕਰੋ ਆਮ ਆਦਮੀ ਪਾਰਟੀ ਮੈਂ ਫਿਰ ਤੋਂ ਦੁਬਾਰਾ ਕਹਿ ਰਿਹਾ ਕਿ ਇੱਕ ਅਜਿਹੀ ਪਾਰਟੀ ਹੋਵੇਗੀ ਜੋ ਸੀਐਮ ਦੇ ਚਿਹਰੇ ਦੇ ਨਾਲ ਇਲੈਕਸ਼ਨ ਲੜੇਗੀ ਕਾਂਗਰਸ ਨੇ ਤਿੰਨ ਸੀਐਮ ਕਰ ਦਿੱਤੇ ਨੇ ਭਾਜਪਾ ਕਰਦੀ ਨਹੀਂ ਹੁੰਦੀ ਉਹ ਤਾਂ ਡਬਲ ਇੰਜਨ ਦਾ ਬਲ ਇੰਜਨ ਹੀ ਕਹਿੰਦੇ ਨੇ ਅਕਾਲੀ ਦਲ ਪ੍ਰਾਈਵੇਟ ਲਿਮਟਿਡ ਕੰਪਨੀਆਂ ਉਹ ਤਾਂ ਆਪਣੇ ਘਰੋਂ ਹੀ ਕਰਦੇ ਹਨ ਉਸ ਨੂੰ ਘਰੋਂ ਵੀ ਨਹੀਂ ਪਤਾ ਕਿ ਸੁਖਬੀਰ ਬਾਦਲ ਨੂੰ ਕੀ ਮੈਂ ਬਣਾਗਾ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਵੀ ਸਟੇਜਾਂ ਦੇ ਉੱਪਰ ਨਿਕਲਣ ਲੱਗ ਪਏ ਨੇ ਉਹਨਾਂ ਦੀ ਆਪਸ ਦੇ ਵਿੱਚ ਏ ਨਹੀਂ ਪਤਾ ਕਿ ਮੁੱਖ ਮੰਤਰੀ ਕੌਣ ਖੜਾ ਹੋਵੇਗਾ ਪੰਜਾਬ ਦੇ ਵਿੱਚ ਯੂਪੀ ਦੇ ਵਿੱਚ ਨੌਕਰੀਆਂ ਦੀ ਦਰ ਘਟ ਹੋਈ ਇਸ ਦਾ ਮਤਲਬ ਫੇਲੀਅਰ ਆਫ ਸਰਕਾਰ ਹੈ ਜਦੋਂ ਕਿ ਪੰਜਾਬ ਦੇ ਵਿੱਚ ਘਰ ਘਰ ਨੌਕਰੀ ਦਾ ਕਾਰਡ ਵੰਡ ਕੇ ਕੈਪਟਨ ਸਾਹਿਬ ਸੱਤਾ ਦੇ ਵਿੱਚ ਆਏ ਸੀ ਤੇ ਬਾਕੀ ਉਹਨਾਂ ਵੱਲੋਂ ਕੀ ਕਿਹਾ ਗਿਆ ਤੁਸੀਂ ਸਾਡੇ ਚੈਨਲ ਤੇ ਪਾਈ ਹੋਈ ਵੱਡੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਧੰਨਵਾਦ